ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਹੈ ਕਿ ਆਖਰ ਸੱਚ ਕਿੱਥੇ ਦੱਬ ਗਏ ਨੇ ਦਸਮ ਪਿਤਾ ਅਰਬਾਂ ਦਾ ਸੋਨਾ ਤੇ ਪੁਰਾਤਨ ਗ੍ਰੰਥ। ਜੀ ਹਾਂ, ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ। ਸੋਸ਼ਲ ਮੀਡੀਆ 'ਤੇ ਲਗਾਤਾਰ ਖਬਰਾਂ ਜਿਹੜੀਆਂ ਨੇ ਕੁਝ ਵਾਇਰਲ ਹੁੰਦੀਆਂ ਨੇ, ਆਖਰਕਾਰ ਉਸ ਸੋਨੇ ਨੂੰ ਲੈ ਕੇ ਔਰ ਉਸ ਗੁਪਤ ਖਜ਼ਾਨੇ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਨੇ ਬਿਲਕੁਲ ਚੱਲਦੀਆਂ ਨੇ, ਅਤੇ ਆਖਰ ਉਹ ਚਰਚਾਵਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਆਖਰ ਉਸਦੀ ਜਿਹੜੀ ਹੈ ਉਹ ਸੱਚਾਈ ਕੀ ਹੈ। ਆਖਰਕਾਰ ਉਹ ਸੱਚਾਈ ਜਿਹੜੀ ਹੈ ਉਹ ਇਹ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਰੱਖੀਆਂ ਜਾਂਦੀਆਂ ਨੇ, ਪਰ ਆਖਰਕਾਰ ਜੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਕੀਤੀ ਜਾਵੇ ਤਾਂ ਇਹ ਅਰਬਾਂ ਦਾ ਖਜ਼ਾਨਾ ਜਿਹੜਾ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ ਵਿਖੇ ਰੱਖਿਆ ਗਿਆ, ਜਿੱਥੇ ਫਕੀਰ ਲੱਕੜ ਸ਼ਾਹ ਜਿਹੜਾ ਹੈ ਉਸਦੀ ਰਾਖੀ ਕਰਿਆ ਕਰਦਾ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਖਜ਼ਾਨੇ ਦੀ ਰਾਖੀ ਦੇ ਲਈ ਉਸ ਫਕੀਰ ਨੂੰ ਤੈਨਾਤ ਕੀਤਾ ਸੀ। ਉਸਦੇ ਰੋਜ਼ਾਨਾ ਖਰਚੇ ਦੇ ਲਈ ਉਸਨੂੰ ਦੋ ਮੋਹਰਾਂ ਜਿਹੜੀਆਂ ਸੀ ਉੱਥੋਂ ਮਿਲ ਜਾਂਦੀਆਂ ਸੀ। ਸੋ ਆਖਰ ਜੇ ਗੱਲ ਕਰੀਏ ਉਹ ਗੁਪਤ ਖਜ਼ਾਨਾ ਜਿਹੜਾ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ ਵਿਖੇ ਮੌਜੂਦ ਹੈ। ਸਤਿਗੁਰ ਨੇ ਬਚਨ ਕੀਤੇ ਨੇ ਕਿ ਜਿਸ ਦਿਨ 96 ਕਰੋੜ ਖਾਲਸਾ ਸੱਜ ਕੇ ਪੈਦਾ ਹੋਇਆ ਉਸ ਦਿਨ ਇਹ ਖਜ਼ਾਨਾ ਜਿਹੜਾ ਹੈ ਇੱਥੋਂ ਨਿਕਲੇਗਾ। ਔਰ ਜੇ ਗੱਲ ਕਰੀਏ ਪੁਰਾਤਨ ਗ੍ਰੰਥ ਜਿਹੜੇ ਨੇ ਜੋ ਕਿ ਸੰਭਾਲ ਕੇ ਰੱਖੇ ਗਏ ਨੇ, ਉਹ ਪੁਰਾਤਨ ਗ੍ਰੰਥਾਂ ਦੀ ਜ਼ਰੂਰਤ ਉਦੋਂ ਪੈਂਦੀ ਹੈ। ਇੱਕ ਵਿਦਵਾਨ ਨੇ ਲਿਖਿਆ ਸੀ ਕਿ ਆਖਰ ਉਹ ਪੁਰਾਣੇ ਗ੍ਰੰਥ ਜਿਹੜੇ ਨੇ ਸੰਭਾਲ ਕੇ ਰੱਖੇ ਗਏ ਨੇ, ਜਿਸ ਦਿਨ ਜ਼ਿਆਦਾ ਗੜਬੜੀ ਜਿਹੜੀ ਹੈ ਹੋਣ ਲੱਗ ਪਈ, ਜਿਸ ਦਿਨ ਜ਼ਿਆਦਾ ਗੜਬੜੀ ਜਿਹੜੀ ਹੈ ਨਜ਼ਰ ਆਈ, ਉਸ ਦਿਨ ਉਹਨਾਂ ਪੁਰਾਤਨ ਗ੍ਰੰਥਾਂ ਨੂੰ ਜਿਹੜਾ ਹੈ ਸਾਹਮਣੇ ਰੱਖਿਆ ਜਾਏਗਾ, ਉਹਨਾਂ ਗ੍ਰੰਥਾਂ ਦੀ ਜਿਹੜੀ ਹੈ ਬਿਲਕੁਲ ਦਰਸ਼ਨੀ ਲਾਈ ਜਾਏਗੀ ਅਤੇ ਉਹਨਾਂ ਨੂੰ ਦਿਖਾਇਆ ਜਾਏਗਾ ਕਿੱਥੇ ਫਰਕ ਹੈ ਕਿੱਥੇ ਫਰਕ ਨਹੀਂ ਹੈ। ਜਿਸ ਦਿਨ ਗੁਰਬਾਣੀ ਦੀ ਬੇਅਦਬੀ ਹੋਣ ਲੱਗ ਪਈ, ਗੁਰਬਾਣੀ ਨੂੰ ਗਲਤ ਤਰੀਕਿਆਂ ਦੇ ਨਾਲ ਛਾਪਿਆ ਜਾਣ ਲੱਗ ਪਿਆ, ਉਸ ਦਿਨ ਉਹਨਾਂ ਪੁਰਾਤਨ ਗ੍ਰੰਥਾਂ ਦੀ ਜਿਹੜੀ ਹੈ ਜ਼ਰੂਰਤ ਵੀ ਪਏਗੀ। ਔਰ ਜਿਸ ਜਿਸ ਦੇ ਘਰ ਦੇ ਵਿੱਚ ਪੁਰਾਤਨ ਜਿਹੜੇ ਗੁਟਕਾ ਸਾਹਿਬ ਜਾਂ ਗ੍ਰੰਥ ਜਾਂ ਗੁਰਬਾਣੀ ਦੇ ਕੋਈ ਵੀ ਸਰੋਤ ਮੌਜੂਦ ਨੇ ਤਾਂ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਇਹ ਗੱਲ ਜਿਹੜੀ ਹੈ ਉਸ ਵਿਦਵਾਨ ਨੇ ਸਾਫ ਕੀਤੀ ਸੀ। ਜੇ ਗੱਲ ਕਰੀਏ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਦਾ ਜਿਹੜਾ ਉਹ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਰੀਰ ਰੂਪ ਦੇ ਵਿੱਚ ਰਹਿੰਦਿਆਂ ਹੋਇਆ ਆਖਰੀ ਸਮਾਂ ਬਤੀਤ ਕੀਤਾ, ਜਿੱਥੋਂ ਸਤਿਗੁਰੂ ਜੀ ਸੱਚਖੰਡ ਗਏ ਨੇ, ਉੱਥੇ ਸਤਿਗੁਰੂ ਜੀ ਆਪਣੇ ਸਿੱਖ ਨੂੰ 60 ਸਾਲ ਤੱਕ ਉਡੀਕਦੇ ਨੇ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਵਾਰ ਉਸ ਧਰਤੀ 'ਤੇ ਜ਼ਰੂਰ ਜਾਈਏ ਅਤੇ ਉਸ ਅਸਥਾਨ ਦੇ ਦਰਸ਼ਨ ਵੀ ਕਰੀਏ ਜਿੱਥੇ ਅਰਬਾਂ ਰੁਪਏ ਦਾ ਖਜ਼ਾਨਾ ਜਿਹੜਾ ਹੈ ਦੱਬਿਆ ਹੋਇਆ ਹੈ ਅਤੇ ਜਿੱਥੇ ਉਹ ਖਜ਼ਾਨਾ ਜਿਹੜਾ ਹੈ ਉਦੋਂ ਨਿਕਲੇਗਾ ਜਦੋਂ 96 ਕਰੋੜ ਖਾਲਸਾ ਸੱਜ ਕੇ ਧਰਤੀ 'ਤੇ ਪੈਦਾ ਹੋਇਆ। ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ, ਤਦ ਤੱਕ ਲਈ ਧੰਨਵਾਦ।